ਸਿਟੀ ਆ, ਤੁਹਾਡੇ 100 ਡਿਫਰੈਂਸਿਸ ਹੋਣ ਕਿਸੇ ਨਾਲ। ਪਹਿਲੀ ਗੱਲ ਤਾਂ ਕੌਂਸਟੀਟਿਊਸ਼ਨਲ ਹੈੱਡ ਬਾਰੇ ਜੇ ਉਹਨਾਂ ਨੇ ਕੋਈ ਗੱਲ ਕਹੀ ਹੈ, ਮੈਂ ਨਹੀਂ ਕਹਿੰਦਾ ਗਵਰਨਰ ਸਾਹਿਬ ਨੇ ਕਹੀ ਹੈ, ਮਗਰ ਮੈਂ ਮੰਨ ਲਵਾਂ CM ਦੇ ਪੁਆਇੰਟ ਆਫ ਵਿਊ ਨਾਲ ਕਿ ਉਹਨਾਂ ਨੂੰ ਲੱਗਿਆ ਕਿ ਗਵਰਨਰ ਸਾਹਿਬ ਨੇ ਇਹ ਗੱਲ ਕਹਿਤੀ ਨਹੀਂ ਕਹਿਣੀ ਚਾਹੀਦੀ ਸੀ। ਮੈਚਿਓਰਿਟੀ, ਪੋਲੀਟੀਕਲ ਮੈਚਿਓਰਿਟੀ ਇਹ ਕਹਿੰਦੀ ਹੈ ਦੈਟ ਇਹ 15 ਅਗਸਤ ਨੂੰ ਸਮਰਪਿਤ ਇਹ ਪ੍ਰੋਗਰਾਮ ਹੈ। ਤੁਸੀਂ ਆਪਦੀ ਜਿਹੜੇ ਵੀ ਗਿਲੇ ਸ਼ਿਕਵੇ ਭੁਲਾਓ ਅਤੇ ਤੁਰੋ। ਸ਼ਹੀਦੇ ਆਜ਼ਮ ਸ਼ਹੀਦ ਭਗਤ ਸਿੰਘ ਦੀ, ਅੰਬੇਦਕਰ ਸਾਹਿਬ ਦੀ ਫੋਟੋ ਲਾਏ ਨਾਲ ਨਹੀਂ ਮਸਲਾ ਹੱਲ ਹੋਣਾ। ਇਕੱਲਾ ਜਿਹੜਾ ਉਹਨਾਂ ਦੀ ਸੋਚ ਸੀ ਕਿ ਆਪਣੇ ਵੱਖਰੇ ਵੇ, ਆਪਣੇ ਫਰਜ਼ ਦੀ ਹੈਗਾ ਅਧੇਕੀ। ਸ਼ਹੀਦੇ ਆਜ਼ਮ ਨੂੰ ਜਦੋਂ ਫਾਂਸੀ ਦੇਣ ਲੱਗੇ, ਉਹਨਾਂ ਨੇ ਕਿਹਾ ਹਮ ਆਪਣੀ ਇਹ ਜਾਨ ਕੁਰਬਾਨ ਕਰ ਚੱਲੇ ਹਾਂ, ਸਰੀਰੋਂ ਕੋ ਰੂਹ ਸੇ ਜੁਦਾ ਕਰ ਚੱਲੇ ਹਾਂ, ਕੋਈ ਹਰਗਿਜ਼ ਫਿਕਰ ਨਾ ਕਰਨਾ ਹਮਾਰਾ, ਹਮ ਆਪਣਾ ਇਹ ਫਰਜ਼ ਅਦਾ ਕਰ ਚੱਲੇ ਹਾਂ। ਫਰਜ਼ ਦੀ ਅਦਾਇਗੀ, CM ਇਲੈਕਟਿਡ ਸਨ, ਉਹਨਾਂ ਦਾ ਫਰਜ਼ ਬਣਦਾ ਸੀ ਕਿ ਉਹ ਐਟ ਹੋਮ 'ਤੇ ਜਾਣ ਅਤੇ 15 ਅਗਸਤ ਨੂੰ ਸਮਰਪਿਤ ਜੋ ਪ੍ਰੋਗਰਾਮ ਸੀ ਉਹਨੂੰ ਹਰ ਤਰੀਕੇ ਨਾਲ ਸਹਿਯੋਗ ਦੇਣ। ਨਾ ਦੇਣਾ, ਔਰ ਅੱਜ ਇੱਥੇ ਮਦਨ ਲਾਲ ਢੀਂਗਰਾ ਜੀ ਦਾ ਸਰਕਾਰੀ ਪ੍ਰੋਗਰਾਮ ਨਾ ਬਣਾਉਣਾ, ਇਹ ਉਹਨਾਂ ਦੀ ਛੋਟੀ ਸੋਚ ਅਤੇ ਇਮੈਚਿਓਰਿਟੀ ਦਾ ਬਹੁਤ ਵੱਡਾ। ਹਰ ਸਾਲ ਮੈਂ ਬੀਬੀ ਚਾਵਲਾ ਜੀ ਨੂੰ ਇਸ ਗੱਲ ਦੀ ਵਧਾਈ ਵੀ ਦਿੰਦਾ ਕਿ ਚਾਹੇ ਉਹ ਇਨ ਗਵਰਨਮੈਂਟ ਚਾਹੇ ਆਊਟ ਆਫ ਗਵਰਨਮੈਂਟ, ਬਾਦਲ ਸਾਹਿਬ ਹਰ ਸਾਲ ਬੀਬੀ ਜੀ ਦੀ ਜਾਂ ਕਿਸੇ ਮਿਨਿਸਟਰ ਦੀ ਡਿਊਟੀ ਲੱਗਦੀ ਸੀ ਜਾਂ ਬਾਦਲ ਸਾਹਿਬ ਆਪ ਇਸ ਪ੍ਰੋਗਰਾਮ 'ਤੇ ਆਉਂਦੇ ਰਹੇ ਆ। ਮੈਨੂੰ ਇੱਕ ਦਿਨ ਵੀ ਨਹੀਂ ਉਹ ਮਿਸ। ਕੱਲ੍ਹ ਵੀ ਜਿਵੇਂ ਮੈਨੂੰ ਫੋਨ ਕਰਕੇ ਵਾਰ ਵਾਰ ਬੀਬੀ ਜੀ ਨੇ ਕਿਹਾ ਕਿ ਤੁਸੀਂ 2 ਮਿੰਟ ਲਈ ਆਇਓ ਜ਼ਰੂਰ। ਮਤਲਬ ਮੈਂ ਉਹਨਾਂ ਦਾ ਦਰਦ, ਉਹਨਾਂ ਦਾ ਪਿਆਰ, ਉਹ ਸਤਿਕਾਰ ਵਜੋਂ ਅਸੀਂ ਅੱਜ ਆਏ ਹਾਂ। ਯਾਰ ਤੁਸੀਂ ਕਿਉਂ, CM ਤਾਂ ਹਰ ਵੇਲੇ ਇੱਕ ਗੋਲ ਪੋਸਟ ਬਦਲਣ ਦਾ ਮਾਹਿਰ ਹੈ, ਇਜ਼ ਅ ਕਾਰਟੂਨ, ਇਜ਼ ਅ ਮਤਲਬ ਸਟੇਜ ਆਰਟਿਸਟ। ਤੁਸੀਂ ਇੱਕ ਇਸ ਨੂੰ ਕਦੇ ਸਾਸ ਕਦੇ ਬਹੂ ਹੁੰਦੀ ਹੈ।